ਮੌਕੇ ਤੇ ਰੁੱਸ ਕੇ ਭੱਜੀ ਵਿਆਹ ਵਾਲੀ ਕੁੜੀ ਦੇਖਦਾ ਰਹਿ ਗਿਆ ਵਿਆਹ ਵਾਲਾ ਮੁੰਡਾ। ਦੋਸਤੋ, ਅਕਸਰ ਹੀ ਵਿਆਹ ਦੋ ਇਨਸਾਨਾਂ ਦਾ ਨਹੀਂ ਸਗੋਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ, ਪਰ ਹੁਣ ਇੱਕ ਵਿਆਹ ਦੀ ਵੱਖਰੀ ਹੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਦੇ ਸ਼ਗਨ ਕਰਵਾਏ ਜਾ ਰਹੇ ਨੇ ਅਤੇ ਕੁੜੀ ਮੁੰਡੇ ਨੂੰ ਮਿੱਠਾ ਖਵਾ ਰਹੀ ਹੈ, ਪਰ ਜਦੋਂ ਮੁੰਡਾ ਮਿੱਠਾ ਖਵਾਉਣ ਲੱਗਦਾ ਹੈ ਤਾਂ ਕੁੜੀ ਰੁੱਸ ਕੇ ਫੁਲਕਾਰੀ ਲਾ ਕੇ ਸਟੇਜ ਤੋਂ ਹੇਠਾਂ ਭੱਜ ਜਾਂਦੀ ਹੈ, ਜਿਸ ਨੂੰ ਦੇਖ ਕੇ ਮੁੰਡਾ ਹੈਰਾਨ ਹੋ ਜਾਂਦਾ ਹੈ ਅਤੇ ਮੁੰਡੇ ਦੇ ਮਾਂ ਪਿਓ ਜਦੋਂ ਕੁੜੀ ਦੇ ਇਸ ਤਰ੍ਹਾਂ ਜਾਣ ਦਾ ਕਾਰਨ ਪੁੱਛਦੇ ਨੇ ਤਾਂ ਕੁੜੀ ਦੇ ਮਾਂ ਪਿਓ ਕਹਿੰਦੇ ਨੇ ਕਿ ਸਾਨੂੰ ਆਪ ਨਹੀਂ ਪਤਾ ਕਿ ਕੁੜੀ ਇਸ ਤਰ੍ਹਾਂ ਕਿਉਂ ਕਰ ਰਹੀ ਹੈ। ਫਿਰ ਜਦੋਂ ਕੁੜੀ ਦੇ ਮਾਂ ਪਿਓ ਉਸ ਨੂੰ ਬੁਲਾਉਣ ਜਾਂਦੇ ਨੇ ਤਾਂ ਕੁੜੀ ਕਹਿ ਦਿੰਦੀ ਹੈ ਕਿ ਮੈਂ ਵਿਆਹ ਨਹੀਂ ਕਰਵਾਉਣਾ, ਮੈਨੂੰ ਤਾਂ ਮੁੰਡੇ ਦੀ ਸ਼ਕਲ ਹੀ ਨਹੀਂ ਪਸੰਦ। ਅਤੇ ਕੁੜੀ ਦੇ ਮਾਂ ਪਿਓ ਕਹਿੰਦੇ ਨੇ ਕਿ ਜੇ ਤੂੰ ਇੱਦਾਂ ਹੀ ਕਰਨਾ ਸੀ ਅਤੇ ਇਸ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਸੀ ਤਾਂ ਪਹਿਲਾਂ ਹੀ ਫੋਟੋ ਦੇਖ ਕੇ ਜਵਾਬ ਦੇ ਦਿੰਦੀ, ਹੁਣ ਤੂੰ ਕਿਉਂ ਸਾਡਾ ਸਾਰੇ ਰਿਸ਼ਤੇਦਾਰਾਂ ਅਤੇ ਮੁੰਡੇ ਵਾਲਿਆਂ ਸਾਹਮਣੇ ਜਲੂਸ ਕੱਢ ਰਹੀ ਹੈ, ਬੇਇੱਜ਼ਤੀ ਕਰਵਾ ਰਹੀ ਹੈ। ਅਤੇ ਕਾਫੀ ਸਮੇਂ ਬਾਅਦ ਕੁੜੀ ਨੂੰ ਮਨਾ ਕੇ ਵਿਆਹ ਸਿਰੇ ਚੜਾਇਆ ਜਾਂਦਾ ਹੈ। ਸੋ ਕੀ ਜੋ ਕੁੜੀ ਵਿਆਹ ਤੋਂ ਪਹਿਲਾਂ ਇਸ ਤਰ੍ਹਾਂ ਕਰ ਰਹੀ ਹੈ, ਕੀ ਉਹ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਵਿੱਚ ਖੁਸ਼ ਰਹਿ ਪਾਵੇਗੀ? ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।